हाँ जी तो वेलकम बैक असन लाइव टीवी पे। उम्मीद करांगा मित्रों तुसी होवोगे ठीक। अज दा कैंट फ्रैश वधिया जिहा व्लॉग टूर मरी दा स्टार्ट करने आ। ਇਹ ਤੱਕ ਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਮਿੱਤਰੋ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਜੇ ਫੇਸਬੁੱਕ ਤੇ ਵੇਖਣ ਦੇ ਹੋ ਤੇ ਮਿੱਤਰੋ ਕਰੋ ਸ਼ੇਅਰ ਲਾਈਕ ਤੇ ਸ਼ੇਅਰ। ਇਸ ਟਾਈਮ ਅਸੀਂ ਅਯੂਬੀਆ ਪੁਆਇੰਟ ਜਿਹੜਾ ਵੇ ਅਯੂਬੀਆ ਪੁਆਇੰਟ ਇਸ ਨਾਲੋਂ ਤਕਰੀਬਨ ਜਿਹੜਾ ਨਾ ਕੋ 20 ਕਿਲੋਮੀਟਰ ਹੈ ਵੇ ਵੀਆਂ ਤਕਰੀਬਨ ਅੱਧੇ ਘੰਟੇ ਦੀ ਡਰਾਈਵ ਤੇ ਹੁਣ ਅੱਲਾ ਰੱਖੀ ਅਸੀਂ ਉੱਥੇ ਜਾ ਰਹੇ ਆ। ਅੱਲਾ ਖੈਰ ਰੱਖੀ ਖੈਰੋ ਕਰੀਏ ਦੇ ਨਾਲ ਗੱਡੀਆਂ ਨੂੰ ਅਸੀਂ ਦਵਾ ਰਹੇ ਆ ਰੈਸਟ। ਜਿਹੜਾ ਇਸ ਨਾਲੋਂ ਪਹਿਲਾ ਵਲੌਗ ਸ਼ੂਟ ਕੀਤਾ ਗਿਆ ਵੀ ਉਹ ਅਪਲੋਡ ਨਹੀਂ ਕੀਤਾ ਗਿਆ ਹੈ। ਜਿਹੜਾ ਵਲੌਗ ਹੈ ਤੁਹਾਨੂੰ ਛੇਤੀ ਜਿਹੜਾ ਨਾ ਉਹ ਲੱਭ ਜਾਵੇਗਾ ਇਨਸ਼ਾ ਅੱਲਾਹ, ਕਿਉਂਕਿ ਇਹਦੇ ਤਿਕਰਾ ਨਾ ਇਹਦੇ ਸਾਨੂੰ ਇੰਨੀ ਐਡਿਟ ਕਰਨ ਦੀ ਲੋੜ ਨਹੀਂ ਪੈਣੀ ਆ। ਜਿਹੜੇ ਬਾਕੀ ਵਲੌਗ ਨੇ ਉਹ ਐਡਿਟ ਹੋਣੇ ਨੇ ਕਿਉਂਕਿ ਕਾਫੀ ਜ਼ਿਆਦਾ ਤਗੜੀ ਕੁਆਲਿਟੀ ਦੇ ਨਾਲ ਸ਼ੂਟ ਕੀਤੇ ਗਏ ਨੇ ਤੇ ਉਹਦੇ ਵਾਸਤੇ ਹੈਵੀ ਜਿਹੜਾ ਨਾ ਉਹ ਸਮਾਨ ਸਾਧਨ ਚਾਹੀਦਾ ਤੇ ਉਹ ਅਸੀਂ ਲੈ ਕੇ ਨਹੀਂ ਆਏ, ਲੈਪਟਾਪ ਤੇ ਨਾ ਹੀ ਕੰਪਿਊਟਰ। ਤੇ ਹੁਣ ਗੱਲ ਮਿੱਤਰੋ ਇਹ ਵੇ ਕਿ ਜਿੰਨੇ ਵੀ ਵਲੌਗ ਜਿਹੜੇ ਐਡਿਟ ਕਰਕੇ ਸ਼ੂਟ ਹੋ ਕੇ ਕਲਰ ਗ੍ਰੇਡਿੰਗ ਦੇ ਨਾਲ ਬਿਲਕੁਲ 4K ਕੁਆਲਿਟੀ ਦੇ ਨਾਲ ਜਿਹੜੇ ਆਉਣੇ ਨੇ ਨਾ ਉਹ ਇਨਸ਼ਾ ਅੱਲਾਹ ਤਾਲਾ ਸਾਡਾ ਮਰੀ ਦਾ ਟੂਰ ਜਦੋਂ ਕੰਪਲੀਟ ਹੋਵੇਗਾ ਨਾ ਉਸ ਤੋਂ ਬਾਅਦ ਆਉਣਗੇ। ਤੇ ਅੱਲਾ ਖੈਰ ਰੱਖੀ ਫਰਾਜ਼ ਭਾਈ, ਤਾਹਰ ਭਾਈ ਸਾਡੇ ਨਾਲ ਨੇ, ਜ਼ੇਬ ਭਾਈ ਕੋਈ ਯਾਰ ਅਸੀਂ ਪੁੱਛਣਾ ਵੇ ਕਿ ਫਰਸਟ ਟਾਈਮ ਆਏ ਨੇ ਸ਼ਹਿਰ ਤੇ ਕਿਹੋ ਲੱਗਿਆ ਤਾਹਰ ਭਾਈ? ਤਾਹਰ ਭਾਈ ਬਹੁਤ ਅੱਛਾ ਐਕਸਪੀਰੀਅੰਸ, ਮਜ਼ਾ। ਤਾਹਰ ਭਾਈ ਜਿਹੜੇ ਨਾ ਪਹਿਲਾਂ ਮੰਨ ਨਹੀਂ ਰਹੇ ਆ ਤੇ ਹੁਣ ਤਾਹਰ ਭਾਈ ਮੰਨ ਕੇ ਆ ਕੇ ਤੇ ਬਹੁਤ ਕਹਿੰਦੇ ਨੇ ਵਾਪਸ ਹੀ ਨਹੀਂ ਜਾਣਾ, ਮੈਂ ਇੱਥੇ ਹੀ ਵਿਆਹ ਕਰਾਣਾ, ਮੌਕੇ ਨੂੰ ਇੰਜੋਏ ਕਰ ਰਹੇ ਨੇ। ਅੱਲਾ ਖੈਰ ਰੱਖੀ। ਕਹਿੰਦੇ ਨੇ ਮੈਂ ਦੂਜਾ ਵਿਆਹ ਕਰਾਣਾ ਇੱਥੇ, ਦੂਸਰਾ ਵਿਆਹ ਇੱਥੇ ਤਾਹਰ ਭਾਈ ਕਰਵਾਣਗੇ ਤੇ ਸ਼ਾਦਾ ਕਰਵਾਣਾ। ਅੱਲਾ ਖੈਰ ਰੱਖੀ ਤੇ ਆਪਣਾ ਨਾ ਮੌਸਮ ਇੰਜੋਏ ਕਰਨ ਦੇ ਆ, ਬਿਹਤਰੀਨ ਕਿਸਮ ਦਾ VIP ਕਿਸਮ ਦਾ ਪ੍ਰੋਟੋਕੋਲ ਹੋ ਰਿਹਾ ਵੇ ਤੇ ਅੱਲਾ ਖੈਰ ਰੱਖੀ। ਉਮੀਦ ਕਰਾਂਗੇ ਕਿ ਵਲੌਗ ਜਿਹੜੇ ਨੇ ਤੁਹਾਨੂੰ ਪਸੰਦ ਆਉਂਦੇ ਹੋਣਗੇ ਤੇ ਆਪਣਾ ਜੇ ਫੇਸਬੁੱਕ ਤੇ ਵੇਖਣ ਦਿਓ ਤੇ ਮਿੱਤਰੋ ਸ਼ੇਅਰ ਜ਼ਰੂਰ ਕਰੋ ਤੇ ਮਿਲਨੇ ਆ ਤੁਹਾਨੂੰ ਇਨਸ਼ਾ ਅੱਲਾਹ ਨੈਕਸਟ ਵਲੌਗ ਤੇ। ਰੱਬ ਰਾਖਾ, ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਫੇਸਬੁੱਕ ਦੇ ਉੱਤੇ ਮਿੱਤਰੋ ਵੱਧ ਤੋਂ ਵੱਧ ਸ਼ੇਅਰ ਕਰੋ। ਇੱਥੇ ਡਾਟਾ ਬੜਾ ਮਹਿੰਗਾ ਵੇ, ਹਰ ਸ਼ੈ ਬੜੀ ਮਹਿੰਗੀ ਹੈ ਤੇ ਗੱਡੀਆਂ ਦੇ ਜੋ ਨਜ਼ਾਰੇ ਨੇ ਨਾ ਇੱਥੇ ਫੁੱਲ ਬਾਂ ਬਾਂ ਗੱਡੀਆਂ ਦੀ ਹੋਣ ਡੈ ਪਈ। ਸਾਡੀਆਂ ਗੱਡੀਆਂ ਦੇ ਜਿਹੜੇ ਨਾ ਉਹ ਆਪਣਾ ਅਸੀਂ ਕੀਤੇ ਨੇ ਥੋੜ੍ਹੀ ਜਿਹੀ ਰੈਸਟ ਰੁਸਟ ਦਵਾਈਏ ਤੇ ਉਮੀਦ ਕਰਾਂਗੇ ਕਿ ਵਲੌਗ ਤੁਹਾਨੂੰ ਪਸੰਦ ਆਈਏਗਾ। ਮਿਲਨੇ ਆ ਤੁਹਾਨੂੰ ਇਨਸ਼ਾ ਅੱਲਾਹ ਨੈਕਸਟ ਵਲੌਗ ਤੇ। ਰੱਬ ਰਾਖਾ।